ਸਲੇਹ ਹੰਤ ਜੀ ਜਨਾਬ ਇਸ ਗੱਡੀ ਦਾ ਬ੍ਰੇਕ ਇਹਦੀ ਸਹੀ ਨਹੀਂ ਲੱਗ ਰਹੀ ਕਿ ਇਹਦੀ ਬ੍ਰੇਕ ਵੀਲ ਜਾਮ ਕਰ ਦਿੰਦੀ ਹੈ ਉਹ ਵੀਲ ਇਸ ਵਾਸਤੇ ਜਾਮ ਕਰਨ ਡੀ ਕਿਉਂਕਿ ਇਹਦਾ ਇਹ ਜਿਹੜਾ ਐਲਬਮ ਬ੍ਰੇਕ ਇਹਨੂੰ ਇੱਥੇ ਅਰਬੀ ਵਿੱਚ ਕਹਿੰਦੇ ਨੇ ਉਹ ਵਾਲਾ ਜਿਹੜਾ ਮਾਸਟਰ ਸਿਲੰਡਰ ਇਹਨਾਂ ਬ੍ਰੇਕ ਦਾ ਉਹ ਵਾਲਾ ਨਹੀਂ ਠੀਕ ਹੈ ਉਹਦੀ ਵਜ੍ਹਾ ਤੋਂ ਇਹਦੀ ਬ੍ਰੇਕ ਹਾਰਡ ਕਰਦੀ ਹੈ ਭਾਈ ਇਹ ਵੀਲ ਇਹਦਾ ਜਾਮ ਕਰ ਦਿੰਦੀ ਹੈ ਬਿਲਕੁਲ ਯਾਲਾ ਫੁੱਕੋ ਉਹ ਇਸ ਲਈ ਅਸੀਂ ਹੁਣ ਚੇਂਜ ਕਰਾਂਗੇ ਥੋੜ੍ਹਾ ਸਾਈਡ ਤੋਂ ਯਾਰ ਖਰਾਬ ਹੈ ਨਾ ਇਸ ਵਾਸਤੇ ਉਹਦਾ ਤੇਲ ਨਹੀਂ ਨਿਕਲੇਗਾ ਕੰਮ ਹਾਸਲ ਗਤਾ ਐਲਬਾ ਇਹਨਾਂ ਸਮਾਨ ਕਿੰਨੇ ਦਾ ਮਿਲਦਾ ਕਮ ਫਲੋਸੀ ਜ਼ਿਆਦਾ ਕਮ ਫਲੋਸੀ ਜੀ ਜ਼ਬੋਨ ਹੈ ਜੀ ਗੁਲ ਇਮਸਿਕ ਤਾਲ 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 ਇਮਸਿਕ ਕਾ ਦਾ ਇਮਸਿਕ ਜੋ ਆ ਜੋ ਕੋ ماذا تجيب انت؟ ماذا تصنع؟ لا بل ها؟ لا في أصل هل كسر؟ حال آخر طب ਇੱਕ ਚੀਜ਼ ਦਾ ਖਿਆਲ ਰੱਖਣਾ ਬਸ ਕਿ ਪਾਈਪ ਉਨੀ ਦੇਰ ਤੱਕ ਨਹੀਂ ਲਾਉਣੀ ਜਿੰਨੀ ਦੇਰ ਤੱਕ ਵਿੱਚੋਂ ਉਹਦਾ ਤੇਲ ਨਾ ਨਿਕਲਣਾ ਪਹਿਲੇ ਸ਼ੁਰੂ ਹੋ ਜਾਵੇ ਐਲਬੇ ਦਾ ਵੈਸੇ ਮਾਸਟਰ ਸਿਲੰਡਰ 'ਚ ਹੁਣ ਤੇਲ ਇਸ 'ਚੋਂ ਨਿਕਲਣਾ ਸ਼ੁਰੂ ਹੋ ਗਿਆ ਇਹ ਦੇਖ ਸਕਦੇ ਇਹ ਵਾਲਾ ਮੈਂ ਪਾਈਪ ਲਗਾ ਦਾਂਗਾ ਇੱਕ ਚੀਜ਼ ਦਾ ਖਿਆਲ ਰੱਖਣਾ ਬਸ ਇਹਦੀ ਚੂੜੀ ਸਹੀ ਲੱਗਣੀ ਚਾਹੀਦੀ
ਇਹਦਾ ਵੀ ਇੱਦਾਂ ਦੇਖੋ ਨਿਕਲਣਾ ਸ਼ੁਰੂ ਹੋ ਗਿਆ ਅਤੇ ਇਸ ਲਈ ਇਹਨੂੰ ਵੀ ਅਸੀਂ ਲਾ ਲਾਂਗੇ। ऑयल सिर्फ लेवल तक फिल करना है, ऑयल ज़्यादा फिल नहीं कर देना, ओवर नहीं करना है। जी इस टाइम अभी फिटिंग फुल हो चुकी है, ਹੁਣ ਸਿਰਫ ਅਗਰ ਦੇਖਣਾ ਬ੍ਰੇਕ ਅਗਰ ਨਹੀਂ ਸਹੀ ਬਣ ਰਹੀ ਤਾਂ ਉਹਦੀ ਸਿਰਫ ਬਲੀਡਿੰਗ ਕਰਾਉਣੀ ਪਏਗੀ ਵੀਲਸ ਤੋਂ, ਬਾਕੀ ਤੁਹਾਡਾ ਇਸ ਟਾਈਮ ਅਲਬਾ ਕੰਪਲੀਟ ਫਿੱਟ ਹੋ ਚੁੱਕਿਆ।